ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਧੀਨ ਆਉਂਦੀ ਗੁਰੂ ਤੇਗ ਬਹਾਦਰ ਸਰਾ ਵਿਖੇ ਨੌਜਵਾਨ ਵਿਦਿਆਰਥੀਆਂ ਨੂੰ ਦਸਤਾਰ ਸਜਾਈਆਂ ਗਈਆਂ ਅਤੇ ਪੇਟਾ ਵੀ ਕੀਤੀਆਂ ਗਈਆਂ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਭੂਮਾ ਧਰਮ ਪ੍ਰਚਾਰ ਸਕੱਤਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਦੱਸਿਆ ਕਿ ਨੌਜਵਾਨ ਪਤਿਤਪੁਰ ਨੇਵਲ ਜਾ ਰਹੇ ਹਨ ਅਤੇ ਇਸ ਨੂੰ ਨਿਗਾਰ ਤੋਂ ਬਚਾਉਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦਸਤਾਰ ਨਾਲ ਜਾਣਿਆ ਜਾਂਦਾ ਹੈ। ਅਤੇ ਅੱਜ ਨੌਜਵਾਨ ਵਿਦਿਆਰਥੀਆਂ ਨੂੰ ਜਿੱਥੇ ਦਸਤਾਰਾਂ ਸਜਾਈਆਂ ਸਿਖਾਈਆਂ ਗਈਆਂ ਉੱਥੇ ਹੀ ਉਹਨਾਂ ਨੂੰ ਦਸਤਾਰਾਂ ਵੀ ਪੇਟ ਕੀਤੀਆਂ ਗਈਆਂ। ਉਹਨਾਂ ਇਹ ਵੀ ਕਿਹਾ ਕਿ ਭਵਿੱਖ ਦੇ ਵਿੱਚ ਵੀ ਇਹ ਉਪਰਾਲਾ ਜਾਰੀ ਰਹੇਗਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜਰਨਲ ਸਕੱਤਰ ਸਰਦਾਰ ਜਗਬੀ ਜਗਦੀਪ ਸਿੰਘ ਜੀ ਕਲੋਂ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਧਰਮ ਪ੍ਰਚਾਰ ਕਮੇਟੀ ਪੰਜਾਬ ਨੇ ਧਰਮ ਜਾਗਰੂਕਤਾ ਲਹਿਰ ਦੇ ਅਧੀਨ 35 ਦੇ ਕਰੀਬ ਸਿੱਖ ਵਿਦਿਆਰਥੀਆਂ ਨੂੰ ਅੱਜ 17 ਭੇਟ ਕਰਨ ਤੇ ਦਸਤਾਰਾਂ ਸਜਾਉਣ ਦਾ ਜਿਹੜਾ ਇਹ ਸਮਾਗਮ ਜਿਹੜਾ ਵਾ ਕੀਤਾ ਗਿਆ ਵਾ ਇਹ ਜਿਹੜੇ ਸਮਾਗਮ ਆ ਕੱਲਾ ਅੱਜ ਦਾ ਹੀ ਸਮਾਗਮ ਨਹੀਂ ਆ ਇਹ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਿਹੜਾ ਵਾ ਸਿੱਖ ਵਿਦਿਆਰਥੀਆਂ ਨੂੰ ਬੁਲਾ ਕੇ ਉਹਨਾਂ ਨੂੰ ਦਸਤਾਰਾਂ ਤੇ ਦਸਤਾਰਾਂ ਭੇਟ ਕੀਤੀਆਂ ਜਾਣਗੀਆਂ ਤੇ ਦਸਤਾਰਾਂ ਜਿਹੜੀਆਂ ਨੇ ਸਜਾਈਆਂ ਜਾਣਗੀਆਂ ਤਾਂ ਜੋ ਇਹਨਾਂ ਸਿੱਖ ਵਿਦਿਆਰਥੀਆਂ ਨੂੰ ਆਪਣੇ ਧਰਮ ਪ੍ਰਤੀ ਆਪਣੇ ਸਿਧਾਂਤਾਂ ਪਧਤੀ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਸਿਧਾਂਤ ਬਖਸ਼ਿਆ ਜੋ ਸਾਨੂੰ ਦਸਤਾਰ ਬਖਸ਼ੀ ਸਿਰ ਦਾ ਤਾਜ ਬਖਸ਼ਿਆ ਉਹਨਾਂ ਦੀ ਮਹਾਨਤਾ ਤੋਂ ਇਹਨਾਂ ਨੂੰ ਜਾਣੂ ਕਰਵਾ ਕੇ ਤੇ ਆਪਣੇ ਵਿਰਸੇ ਨਾਲ ਜੋੜ ਕੇ ਇਹਨਾਂ ਦੇ ਸਿਰ ਤੇ ਦਸਤਾਰਾਂ ਸਜਾ ਕੇ ਦਸਤਾਰਾਂ ਸਿਰ ਦਾ ਜਿਹੜਾ ਵਾ ਇੱਕ ਤਾਜ ਨੇ ਇਹ ਅਸੀਂ ਅੱਜ ਜਿਹੜਾ ਵਾ ਸਮਾਗਮ ਜਿਹੜਾ ਵਾ ਸ਼ੁਰੂ ਕੀਤਾ ਤੇ ਸਾਰੇ ਪੰਜਾਬ 'ਚ ਹੀ ਇਸ ਤਰ੍ਹਾਂ ਦੇ ਅਸੀਂ ਜਿਹੜਾ ਵਾ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਵਾ ਸਮਾਗਮ ਕਰਾਂਗੇ ਇਹ ਸਮਾਗਮ ਦਾ ਜਿਹੜਾ ਵਾ ਪ੍ਰਭਾਵ ਇਹ ਪਾਊਗਾ ਇਹਨਾਂ ਬੱਚਿਆਂ ਨੂੰ ਦੇਖ ਕੇ ਇਹਨਾਂ ਦੀਆਂ ਦਸਤਾਰਾਂ ਦੇਖ ਕੇ ਇਹ ਸਮਾਗਮ ਦੇਖ ਕੇ ਜਿਹੜੇ ਬੱਚੇ ਦਸਤਾਰਾਂ ਨਹੀਂ ਬੰਦ ਦੇ ਜਿਹੜੇ ਸਿੱਖ ਬੱਚੇ ਜਿਹੜੇ ਪਤਤ ਹੋ ਗਏ ਆ ਉਹ ਉਹਨਾਂ ਦਾ ਪਤਤ ਪੁਣਾ ਵੀ ਰੁਕੂਗਾ ਤੇ ਉਹ ਵੀ ਦਸਤਾਰਾਂ ਜਿਹੜੀਆਂ ਸਜਾਉਣ ਲਈ ਇਹਨਾਂ ਬੱਚਿਆਂ ਤੋਂ ਪ੍ਰੇਰਿਤ ਹੋ ਕੇ ਉਹ ਵੀ ਦਸਤਾਰਾਂ ਜਿਹੜੀਆਂ ਨੇ ਸਜਾਉਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਧਾਮੀ ਸਾਹਿਬ ਜੀ ਨੂੰ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਲੰਮੇ ਸਮੇਂ ਤੋਂ ਤਖਤ ਸਹਿਬਾਨਾਂ ਦੇ ਜਿਹੜੇ ਜ਼ਹੀਦਾਰ ਸਾਹਿਬ ਆ ਭਾਵੇਂ ਤਖਤ ਦਮਦਮਾ ਸਾਹਿਬ ਆ ਭਾਵੇਂ ਤਖਤ ਕੇਸਗੜ ਸਾਹਿਬ ਆ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਆ ਭਾਵੇਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਆ ਇਹਨਾਂ ਸਾਰੇ ਸਿੰਘ ਸਾਬਾਨਾਂ ਦੀਆਂ ਜਿਹੜੀਆਂ ਨਿਯੁਕਤੀਆਂ ਨੇ ਉਹ ਆਰਜੀ ਨੇ ਉਹ ਕਾਰਜਕਾਰੀ ਨੇ ਇਹਨਾਂ ਨੂੰ ਤੁਰੰਤ ਜਿਹੜਾ ਵਾ ਪੱਕੇ ਸਿੰਘ ਸਾਬਾਨ ਲਾਇਆ ਜਾਵੇ ਇਹਨਾਂ ਦੀਆਂ ਨਿਯੁਕਤੀਆਂ ਜਿਹੜੀਆਂ ਨੇ ਫੁੱਲ ਫਲੈਜ ਜਿਹੜੀਆਂ ਨੇ ਕੀਤੀਆਂ ਜਾਣ ਪੱਕੇ ਤੌਰ ਤੇ ਕੀਤੀਆਂ ਜਾਣ ਤਾ ਜੋ ਸਹੀ ਦਿਸ਼ਾ ਚ ਆਪਣੀ ਸਹੀ ਪਾਵਰ ਪੂਰੀ ਪਾਵਰ ਦੇ ਨਾਲ ਪੂਰੀ ਸ਼ਕਤੀ ਦੇ ਨਾਲ ਉਹਨਾਂ ਕੋ ਪੂਰੀ ਸ਼ਕਤੀ ਹੋਵੇ ਤੇ ਉਹ ਸਹੀ ਸਿੱਖ ਕੌਮ ਦੇ ਜਿਹੜਾ ਵਾ ਫੈਸਲੇ ਜਿਹੜਾ ਵਾ ਲੈ ਸਕਣ ਮੈਂ ਫੇਰ ਦੁਬਾਰਾ ਇਹ ਬੇਨਤੀ ਕਰ ਦੂੰਗਾ ਕਿ ਸਿੰਘ ਸਾਬਾ ਉਹਨਾਂ ਦੀਆਂ ਜੜੀਆਂ ਨਿਯੁਕਤੀਆਂ ਕਾਰਜਕਾਰੀ ਆ ਇਹਨਾਂ ਨੂੰ ਪੱਕੀਆਂ ਨਿਯੁਕਤੀਆਂ ਜੜੀਆਂ ਇਹਨਾਂ ਦੀਆਂ ਜੜੀਆਂ ਨੇ ਕੀਤੀਆਂ ਜਾਣ ਤਾਂ ਜੋ ਸਿੱਖ ਕੌਮ ਨੂੰ ਆਪਣੀ ਪੂਰੀ ਸ਼ਕਤੀ ਦੇ ਨਾਲ ਸਹੀ ਫੈਸਲੇ ਲੈ ਕੇ ਸਿੱਖ ਕੌਮ ਨੂੰ ਸਹੀ ਅਗਵਾਈ